ਪੰਜਾਬ ਦੇ ਕੈਬਨਿਟ ਮੰਤਰੀ ਸੁਖਵਿੰਦਰ ਸਿੰਘ ਸੁੱਖ ਸਰਕਾਰੀਆ ਦੇ ਵੱਲੋਂ ਹੜ੍ਹ ਪ੍ਰਭਾਵਿਤ ਇਲਾਕੇ ਜਾਣੀਆਂ ਦਾ ਦੌਰਾ ਕੀਤਾ ਗਿਆ ਅਤੇ ਟੁੱਟੇ ਹੋਏ ਬੰਨਾਂ ਦਾ ਜਾਇਜ਼ਾ ਲਿਆ। ਇਸ ਮੌਕੇ ਮੀਡੀਆ ਦੇ ਨਾਲ ਗੱਲਬਾਤ ਕਰਦਿਆਂ ਮੰਤਰੀ ਸਰਕਾਰੀਆ ਨੇ ਕਿਹਾ ਕਿ ਸਰਕਾਰ ਅਤੇ ਪ੍ਰਸ਼ਾਸਨ ਹੜ੍ਹ ਪ੍ਰਭਾਵਿਤ ਲੋਕਾਂ ਦੀ ਹਰ ਸੰਭਵ ਮਦਦ ਕਰ ਰਹੀ ਹੈ। ਇਸੇ ਤਹਿਤ ਲੋਕਾਂ ਨੂੰ ਖਾਣ ਪੀਣ ਦੇ ਸਮਾਨ ਤੋਂ ਇਲਾਵਾ ਪਸ਼ੂਆਂ ਦੇ ਚਾਰੇ ਤੱਕ ਵੀ ਪ੍ਰਸ਼ਾਸਨ ਅਤੇ ਸਰਕਾਰ ਦੇ ਵੱਲੋਂ ਮੁਹੱਈਆ ਕਰਵਾਇਆ ਜਾ ਰਿਹਾ ਹੈ, ਜਿਸ ਨੂੰ ਲੈ ਕੇ ਲੋਕੀ ਵੀ ਕਾਫ਼ੀ ਰਾਹਤ ਮਹਿਸੂਸ ਕਰ ਰਹੇ ਨੇ। ਕਿ ਅੱਜ MLA ਸਾਹਿਬ ਦੇ ਨਾਲ ਬੋਰਡ 'ਤੇ ਅਸੀਂ ਗਏ ਸੀ, ਮਨ ਦੇ ਨਾਲ ਨਾਲ ਸਾਰਾ ਵੇਖਿਆ, ਹੋਰ ਵੀ ਜਿੱਥੇ ਜਿੱਥੇ ਬ੍ਰੀਚਿਜ਼ ਹੋਈਆਂ, ਪਰ ਉੱਥੇ ਅਸੈਸੀਬਿਲਟੀ ਨਹੀਂ ਹੈਗੀ ਅਜੇ ਪਹੁੰਚਣ ਦੀ, ਕਿਉਂਕਿ ਮਟੀਰੀਅਲ ਪਹੁੰਚ ਹੀ ਨਹੀਂ ਸਕਦਾ। ਸਾਡੀ ਕੋਸ਼ਿਸ਼ ਹੈ ਕਿ ਇਹਨੂੰ ਜਲਦੀ ਤੋਂ ਜਲਦੀ ਬੰਨ ਨੂੰ ਕੰਪਲੀਟ ਕਰਕੇ ਇਹਦੇ ਉੱਪਰੋਂ ਦੀ ਫਿਰ ਅਪਰੋਚ ਬਣੂਗੀ ਔਰ ਅੱਗੇ ਜਾ ਕੇ ਦੂਜੇ ਜਿਹੜੇ ਬੰਨ ਉਹਨਾਂ ਨੂੰ ਬੰਨਾਂਗੇ। ਅਸੀਂ ਤਿੰਨਾਂ ਚੋਂ ਪਿੰਡਾਂ 'ਚ ਉਤਰ ਕੇ ਵੀ ਬੋਰਡ ਦੇ ਵਿੱਚ ਉਹਨਾਂ ਲੋਕਾਂ ਨੂੰ ਪੁੱਛਿਆ ਕਿ ਕਿਸੇ ਚੀਜ਼ ਦੀ ਕੋਈ ਕਮੀ ਪੇਸ਼ੀ, ਔਰ ਲੋਕਾਂ ਨੇ ਸੈਟਿਸਫਾਈ ਨੇ, ਲੋਕ ਉਹ ਵੀ ਸਮਝਦੇ ਆ ਵੀ ਕੁਦਰਤੀ ਆਫਤ ਆਈ ਸੀ ਉਹਦੇ ਕਰਕੇ ਸਾਡਾ ਜਿਹੜਾ ਇਹ ਅੱਜ ਸਾਡੇ 'ਤੇ ਬੋਝ ਪਿਆ ਆ, ਪਰ ਐਡਮਿਨਿਸਟ੍ਰੇਸ਼ਨ ਵੱਲੋਂ ਕਿਸੇ ਚੀਜ਼ ਦੀ ਕੋਈ ਕਮੀ ਨਹੀਂ। ਡਾਕਟਰ ਜਾ ਰਹੇ ਨੇ, ਡੰਗਰਾਂ ਲਈ ਪੱਠੇ ਭੇਜ ਰਹੇ ਹਾਂ, ਔਰ ਕੋਈ ਵੀ ਜਿਹੜਾ ਖਾਣ ਪੀਣ ਦਾ ਰਾਸ਼ਨ ਸਾਰਾ, ਕਿਸੇ ਵੀ ਮੇਰਾ ਖਿਆਲ ਆ ਵੀ ਇੱਕ ਵੀ ਬੰਦੇ ਨੇ ਇਹ ਕੰਪਲੇਂਟ ਨਹੀਂ ਕੀਤੀ ਕਿ ਸਾਨੂੰ ਕੋਈ ਚੀਜ਼ ਦੀ ਇੱਥੇ ਕਮੀ ਨਹੀਂ। ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਦੱਸਿਆ ਕਿ ਪੰਜਾਬ ਸਰਕਾਰ ਦੇ ਵੱਲੋਂ ਕੇਂਦਰ ਦੇ ਨਾਲ ਰਾਬਤਾ ਕਾਇਮ ਕੀਤਾ ਗਿਆ ਅਤੇ ਜਲਦ ਹੀ ਕੇਂਦਰ ਦੀ ਟੀਮ ਪੰਜਾਬ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦਾ ਦੌਰਾ ਕਰੇਗੀ ਅਤੇ ਨਿਰੀਖਣ ਕਰਨ ਤੋਂ ਬਾਅਦ ਪੰਜਾਬ ਦੀ ਮਦਦ ਵੀ ਕਰੇਗੀ। ਇਸ ਤੋਂ ਇਲਾਵਾ ਉਹਨਾਂ ਨੇ ਹਰਸਿਮਰਤ ਕੌਰ ਬਾਦਲ ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ਹਰਸਿਮਰਤ ਕੌਰ ਬਾਦਲ ਨੂੰ ਅਜੇ ਤੱਕ ਇਹ ਨਹੀਂ ਪਤਾ ਹੈ ਕਿ ਕੇਂਦਰ ਸਰਕਾਰ ਦੇ ਵੱਲੋਂ ਪੰਜਾਬ ਦੀ ਅਜੇ ਕੋਈ ਵੀ ਮਦਦ ਨਹੀਂ ਕੀਤੀ ਗਈ ਹੈ। ਕੱਲ ਰਾਤੀ ਪਤਾ ਲੱਗਾ ਸੀ, ਮੈਂ ਸਟੇਟਮੈਂਟ ਵੀ ਦਿੱਤੀ ਆ, ਮੁੱਖ ਮੰਤਰੀ ਸਾਹਿਬ ਨੇ ਵੀ ਜ਼ੋਰ ਪਾਇਆ ਸੀਗਾ ਉੱਥੇ, ਅਤੇ ਸਾਡੇ ਮੰਤਰੀ ਸਾਹਿਬਾਨਾਂ ਨੇ ਵੀ, ਸਾਰਿਆਂ ਨੇ, ਅਸੀਂ ਪ੍ਰੈਸ ਦੇ ਰਾਹੀਂ ਵੀ ਗੱਲ ਕਰਦੇ ਸਾਂ, ਮੁੱਖ ਮੰਤਰੀ ਸਾਹਿਬ ਉੱਥੇ ਮਿਲੇ ਵੀ ਆ, ਅਤੇ ਕੱਲ ਉਹਨਾਂ ਦੇ ਹੋਮ ਸੈਕਟਰੀ ਨੇ ਇਹ ਗੱਲ ਕਹੀ ਹੈ ਕਿ ਅਸੀਂ ਪੰਜਾਬ 'ਚ ਵੀ ਇਹ ਟੀਮ ਭੇਜ ਰਹੇ ਹਾਂ, ਔਰ ਮੈਂ ਤਾਂ ਇਹੋ ਚਾਹੂੰਗਾ ਕਿ ਉਹ ਜਲਦੀ ਤੋਂ ਜਲਦੀ ਆਉਣ, ਸਗੋਂ ਵੇਖਣ ਇੱਥੇ ਜਾ ਕੇ ਵੀ ਕੀ ਹਾਲ ਹੈ ਇੱਥੇ, ਤਾਂ ਹੀ ਉਹਨਾਂ ਨੂੰ ਅਸਲੀ ਪਤਾ ਲੱਗੂਗਾ। ਦੇਖੋ ਪਹਿਲਾਂ ਬਿਲਕੁਲ ਨਾਂ ਨਹੀਂ ਸੀ ਹੈਗਾ, ਪਰ ਕੱਲ੍ਹ ਹੀ ਉਹਨਾਂ ਨੇ ਫਾਈਨ ਕੀਤਾ ਕਿ ਅਸੀਂ ਟੀਮ ਭੇਜ ਰਹੇ ਹਾਂ, ਔਰ ਅਸੀਂ ਚਾਹਵਾਂਗੇ ਕਿ ਵੱਧ ਤੋਂ ਵੱਧ ਜਿਹੜੀ ਆ ਪੰਜਾਬ ਦੀ ਔਰ ਪੰਜਾਬ ਦੇ ਲੋਕਾਂ ਦੀ ਸਹਾਇਤਾ ਕੀਤੀ ਜਾਵੇ। ਹਰਸਿਮਰਤ ਕੌਰ ਬਾਦਲ ਆਏ ਸਨ ਇੱਥੇ ਤੇ ਕਹਿੰਦੇ ਸੀ ਕਿ ਜਿਹੜਾ ਪਿਛਲਾ ਪੈਸਾ ਪਿਆ ਹੈ 500 ਕਰੋੜ ਸਮਥਿੰਗ ਉਹ ਖਰਚਾ ਜਾਵੇ, ਉਸ ਤੋਂ ਬਾਅਦ ਉਹ ਫੰਡ ਰਿਲੀਫ ਕੀਤਾ ਜਾਵੇ। ਉਹ ਜੋ ਮਰਜ਼ੀ ਕਹੀ ਜਾਣ ਉਹਨਾਂ ਦੀ, ਉਹਨਾਂ ਨੂੰ ਆਖਿਆ ਜੋ ਗੱਲ ਕਹਿਣੀ ਉਹਨਾਂ ਕਹੀ ਜਾਣੀ ਹੈ, ਪਰ ਸਾਨੂੰ ਅਸਲੀਅਤ ਦਾ ਪਤਾ ਕਿ ਸਾਡੀ ਅਜੇ ਸੈਂਟਰ ਸਰਕਾਰ ਨੇ ਕੋਈ ਮਦਦ ਨਹੀਂ ਕੀਤੀ, ਔਰ ਹੁਣ ਅਸੀਂ ਡਿਮਾਂਡ ਵੀ ਕੀਤੀ ਹੈ ਔਰ ਉਹਨਾਂ ਦੀ ਟੀਮ ਆਊਗੀ, ਔਰ ਅਸੀਂ ਚਾਹਾਂਗੇ ਕਿ ਵੱਧ ਤੋਂ ਵੱਧ ਸਾਨੂੰ ਫੰਡ ਜਿਹੜੇ ਮਿਲਣ ਔਰ ਲੋਕਾਂ ਦੀ ਵੀ ਉਹਦੇ ਨਾਲ ਸਹਾਇਤਾ ਹੋਵੇ ਅਤੇ ਜਿਹੜਾ ਸਾਡੇ ਬੰਨ ਦਾ ਨੁਕਸਾਨ ਹੋਇਆ ਉਹ ਵੀ ਪੂਰਾ ਕੀਤਾ ਜਾ ਸਕੇ। ਜਲੰਧਰ ਤੋਂ ਵਿਨੇ ਸ਼ਰਮਾ, ਦੈਨਿਕ ਸਵੇਰਾ TV। ਹੈਲੋ ਫਰੈਂਡਸ, ਮਾਈ ਨੇਮ ਇਜ਼ ਪ੍ਰਣੇ ਐਂਡ ਆਈ ਐਮ ਅ ਸਟੂਡੈਂਟ ਐਂਡ ਓਨਲੀ 20 ਈਅਰਸ ਓਲਡ। ਬੋਡੀਫੈਬ ਮੈਡੀਕਲ ਵੇਟ ਲੋਸ ਕਲੀਨਿਕ ਜੁਆਇਨ ਕਰਨੇ ਸੇ ਪਹਿਲੇ ਆਈ ਵਾਜ ਵੇਇੰਗ ਅਰਾਊਂਡ 106 ਕੇਜੀਸ। ਆਫਟਰ ਜੁਆਇਨਿੰਗ ਬੋਡੀਫੈਬ ਆਈ ਹੈਵ ਸੀਨ ਅ ਡਰਾਸਟਿਕ ਚੇਂਜ ਟੂ ਸਲੈਸ਼ ਡਾਊਨ ਮਾਈ ਵੇਟ ਟੂ 85 ਕੇਜੀਸ ਟੂ ਲੀਡ ਅ ਵੈਰੀ ਹੈਲਦੀ ਐਂਡ ਐਕਟਿਵ ਲਾਈਫ ਸਟਾਈਲ। ਰਾਈਟ ਡਿਸੀਜ਼ਨ ਐਂਡ ਜੁਆਇਨ ਬੋਡੀਫੈਬ ਮੈਡੀਕਲ ਵੇਟ ਲੋਸ ਕਲੀਨਿਕ।